ਨਮਸਕਾਰ ਦੋਸਤੋ ਪੀਟੈਡ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਅਸੀਂ ਵਿਸ਼ਾ ਲੈ ਕੇ ਆਏ ਹਾਂ ਜੀ ਪੁਰਾਣੇ ਸ਼ਹਿਰ ਪ੍ਰਾਣੀ ਸਭਿਅਤਾ ਜਿਹਦੇ ਵਿੱਚੋਂ ਸਿੰਧ ਘਾਟੀ ਦੀ ਸਭਿਅਤਾ ਹੈ ਜਿਹੜੀ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਔਰ ਇਹਦੇ ਨਾਲ ਸਬੰਧਤ ਪ੍ਰਸ਼ਨ ਉੱਤਰ ਕਰਾਂਗੇ ਸਿੰਧ ਘਾਟੀ ਦੀ ਸਭਿਅਤਾ ਜਿਹੜੀ ਇਹ ਅੱਜ ਤੋਂ 5000 ਸਾਲ ਪਹਿਲਾਂ ਜਿਹੜੀ ਹੈ ਹੋਂਦ ਵਿੱਚ ਸੀ ਔਰ ਇਹ सरस्वती नदी ਤੋਂ ਲੈ ਕੇ ਸਿੰਧ ਨਦੀ ਤੱਕ ਜਿਹੜੀ ਹੈ ਫੈਲੀ ਹੋਈ ਸੀ ਔਰ ਇਸ ਸਭਿਅਤਾ ਦੇ ਨਾਲ ਪੀਟੈਟ ਦੇ ਵਿੱਚ ਕੋਈ ਨਾ ਕੋਈ ਪ੍ਰਸ਼ਨ ਇਸ ਨਾਲ ਸੰਬੰਧਿਤ ਜ਼ਰੂਰ ਪੁੱਛਿਆ ਜਾਂਦਾ ਹੈ ਸੋ ਇਹਦਾ ਵਿਸਤਾਰ ਪੂਰਵਕ ਅਸੀਂ ਧਿਆਨ ਕਰਾਂਗੇ ਔਰ ਅੱਜ ਇਸ ਦਾ ਪਾਰਟ 1 ਜਿਹਦੇ ਵਿੱਚ ਅਸੀਂ 20-25 ਮਹੱਤਵਪੂਰਨ ਪ੍ਰਸ਼ਨ ਕਰਾਂਗੇ ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਸਿੰਧ ਘਾਟੀ ਦੀ ਸਭਿਅਤਾ ਦੀ ਖੋਜ ਕਦੋਂ ਹੋਈ ਉੱਤਰ ਹੈ ਜੀ 1921-22 ਵਿੱਚ ਪ੍ਰਸ਼ਨ ਨੰਬਰ 2 ਸਿੰਧ ਘਾਟੀ ਦੀ ਸਭਿਤਾ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਉੱਤਰ ਹੈ ਜੀ ਸਿੰਧ ਸਰਸਵਤੀ ਸਭਿਤਾ ਹੜੱप्पा ਸਭਿਤਾ ਸਿੰਧ ਸਰਸਵਤੀ ਸਰਸਵਤੀ ਸਭਿਤਾ ਦੇ ਨਾਮ ਨਾਲ ਇਸ ਨੂੰ ਤਾਂ ਜਾਣਿਆ ਜਾਂਦਾ ਕਿਉਂਕਿ ਇਹ ਜਿਹੜੀ ਸਭਿਤਾ ਹੈ ਸਿੰਧ ਨਦੀ ਤੋਂ ਲੈ ਕੇ ਸਰਸਵਤੀ ਨਦੀ ਨਦੀ ਤੱਕ ਫੈਲੀ ਹੋਈ ਸੀ ਸਰਸਵਤੀ ਨਦੀ ਨੂੰ ਅਧੁਨਿਕ ਜਿਹੜਾ ਨਾਮ ਹੈ ਘੱਗਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਪ੍ਰਸ਼ਨ ਨੰਬਰ 3 ਸਿੱਧ ਘਾਟੀ ਦੀ ਸਭਿਤਾ ਦੀ ਖੋਦਾਈ ਕਰਵਾਉਣ ਵਾਲੇ ਚਾਰ ਵਿਅਕਤੀਆਂ ਦੇ ਨਾਮ ਦੱਸੋ। ਉੱਤਰ ਹੈ ਜੀ ਆਰ ਡੀ ਬੈਨਰਜੀ ਐਮ ਐਸ ਵਾਟਸ ਦਾਯਾਰਾਮ ਸਾਨੀ ਸਰ ਜਨ ਮਾਰਸ਼ਲ। ਪ੍ਰਸ਼ਨ ਨੰਬਰ 4 ਸਿੱਧ ਘਾਟੀ ਦੀ ਸਭਿਤਾ ਦੇ ਚਾਰ ਮੁੱਖ ਕੇਂਦਰ ਦਸੋ ਉੱਤਰ ਹੈ ਜੀ ਮੋਹਨਜੋਦੜੋ ਹੜੱप्पा ਚਹਨਜੋਦੜੋ ਕੋਟ ਡੀਜੀ ਪ੍ਰਸ਼ਨ ਨੰਬਰ 5 ਮੌਜੂਦਾ ਭਾਰਤ ਵਿੱਚ ਇਸ ਸਭਿਤਾ ਦੇ ਕੇਂਦਰ ਕਿੱਥੇ ਮਿਲੇ ਉੱਤਰ ਹੈ ਜੀ ਮੌਜੂਦਾ ਭਾਰਤ ਦੇ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ Rajasthan ਦੇ ਕਾਲੀਬੰਗਾ ਉੱਤਰ ਪ੍ਰਦੇਸ਼ ਆਲਮਗੀਰਪੁਰ ਤੇ ਗੁਜਰਾਤ ਦੇ ਰੰਗਪੁਰ ਦੇ ਵਿੱਚ ਇਸ ਸਭਿਤਾ ਦੇ ਕੇਂਦਰ ਮਿਲੇ ਪ੍ਰਸ਼ਨ ਨੰਬਰ 6 ਸਿੰਧ ਘਾਟੀ ਨਾਲ ਸੰਬੰਧਿਤ ਸਥਾਨ ਜੋ ਪਾਕਿਸਤਾਨ ਵਿੱਚ ਹਨ ਸਿੰਧ ਸਭਿਤਾ ਸਿੰਧ ਘਾਟੀ ਦੀ ਸਭਿਤਾ ਦੇ ਜਿਹੜੇ ਪ੍ਰਮੁੱਖ ਕੇਂਦਰ ਨੇ ਹੜੱppa ਤੇ ਮਹਨਜੋਦੜੋ ਉਹ ਅੱਜਕੱਲ ਪਾਕਿਸਤਾਨ ਦੇ ਵਿੱਚ ਹਨ ਪਾਕਿਸਤਾਨ ਪੰਜਾਬ ਦੇ ਵਿੱਚ ਹੜੱppa ਜਿਹੜਾ ਮਿੰਟ ਗੁੰਬਰੀ ਜ਼ਿਲ੍ਹੇ ਦੇ ਵਿੱਚ ਤੇ ਮਹਨਜੋਦੜੋ ਜਿਹੜਾ ਸਿੱਧ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਪ੍ਰਸ਼ਨ ਨੰਬਰ 7 ਪੰਜਾਬ ਵਿੱਚ ਕਿਹੜੇ ਸਥਾਨ ਇਸ ਸਭਤਾ ਨਾਲ ਸੰਬੰਧਿਤ ਹਨ ਉੱਤਰ ਹੈ ਜੀ ਸੰਘੋਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹਨੂੰ ਕਿ ਉੱਚਾ ਪਿੰਡ ਵੀ ਕਿਹਾ ਜਾਂਦਾ ਹੈ ਦੂਸਰਾ ਹੈ ਜੀ ਕੋਟਲਾ ਨਿਹੰਗਖਾਂ ਰੋਪੜ ਤੀਸਰਾ ਹੈ ਜੀ ਸੁਨੈਤ ਇਹ ਵੀ ਜਿਹੜੇ ਲੁਧਿਆਣਾ ਦੇ ਵਿੱਚ ਹੈ ਚੌਥਾ ਹੈ ਜੀ ਰੋਹੀੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪ੍ਰਸ਼ਨ ਨੰਬਰ 8 ਹੜੱप्पा ਸਭਿਅਤਾ ਦਾ ਕਾਲ ਕਿਹੜਾ ਸੀ ਉੱਤਰ ਹੈ ਜੀ 2500 ઈસવ પૂર્વ ਤੋਂ પેલા 1900 ઈસવ પૂર્વ તક એਦਾ ਜਿਹੜਾ ਵਿਕਾਸ ਹੋਇਆ। ਪ੍ਰਸ਼ਨ ਨੰਬਰ 9 ਹੜੱਪਾ ਦੀ ਖੋਜ ਕਰਨ ਵਾਲੇ ਵਿਅਕਤੀ ਦਾ ਨਾਮ ਦੱਸੋ। ਉੱਤਰ ਹੈ ਜੀ ਦਯਾਰਾਮ ਸਹਾਣੀ। ਪ੍ਰਸ਼ਨ ਨੰਬਰ 10 ਮੋਹਨਜੋਦੜੋ ਦੀ ਖੋਜ ਕਰਨ ਵਾਲੇ ਵਿਅਕਤੀ ਦਾ ਨਾਮ ਦੱਸੋ। ਉੱਤਰ ਹੈ ਜੀ ਆਰ ਡੀ ਬੈਨਰਜੀ। ਪ੍ਰਸ਼ਨ ਨੰਬਰ 11 ਮੁਰਦਿਆਂ ਦਾ ਢਿੱਲਾ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ ਉੱਤਰ ਹੈ ਜੀ ਮੋਹਨਜੋਦੜੋ ਦੇ ਲਈ ਇਹ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਮੁਰਦਿਆਂ ਦਾ ਢਿੱਲਾ ਪ੍ਰਸ਼ਨ ਨੰਬਰ 12 ਵਿਸ਼ਾਲ ਇਸ਼ਨਾਨ ਘਰ ਕਿੱਥੇ ਮਿਲਿਆ ਉੱਤਰ ਹੈ ਜੀ ਮੋਹਨਜੋਦੜੋ ਦੇ ਵਿੱਚ ਪ੍ਰਸ਼ਨ ਨੰਬਰ 13 ਇਸ ਇਸ਼ਨਾਨ ਘਰ ਦਾ ਆਕਾਰ ਦੱਸੋ ਕੀ ਆਕਾਰ ਸੀ ਇਸ ਇਸ਼ਨਾਨ ਘਰ ਦਾ ਉੱਤਰ ਹੈ ਜੀ ਇਹ ਜਿਹੜਾ ਇਸ਼ਨਾਨ ਘਰ ਮੋਹਨਜੋਦੜੋ ਦੇ ਵਿੱਚ ਮਿਲਿਆ ਹੈ 39 39 ਫੁੱਟ ਲੰਬਾ ਸੀ 23 ਫੁੱਟ ਚੌੜਾ ਤੇ 8 ਫੁੱਟ ਡੂੰਘਾ ਸੀ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 14 ਸਿੰਧ ਘਾਟੀ ਦੀ ਸਭਿਅਤਾ ਦੀ ਮੁੱਖ ਵਿਸ਼ੇਸ਼ਤਾ ਕੀ ਸੀ ਉੱਤਰ ਹੈ ਜੀ ਨਗਰ ਯੋਜਨਾ ਨਗਰ ਯੋਜਨਾ ਦੇ ਤੌਰ ਤੇ ਇਹ ਬੜਾ ਜਿਹੜਾ ਸਿੰਧ ਘਾਟੀ ਦੀ ਸਭਿਅਤਾ ਪ੍ਰਸਿੱਧ ਸੀ ਆਧੁਨਿਕ ਨਗਰ ਯੋਜਨਾ ਦੇ ਨਾਲ ਮਿਲਦੀ ਜੁਲਦੀ ਇਸ ਦੀ ਨਗਰ ਯੋਜਨਾ ਸੀ ਪ੍ਰਸ਼ਨ ਨੰਬਰ 15 ਸਿੰਧ ਘਾਟੀ ਦੇ ਸ਼ਹਿਰ ਕਿਹੜੇ ਦੋ ਹਿੱਸਿਆਂ ਵਿੱਚ ਵੰਡੇ ਹੁੰਦੇ ਸਨ ਕਿਲੇ ਅਤੇ ਆਮ ਸ਼ਹਿਰ ਪ੍ਰਸ਼ਨ ਨੰਬਰ 16 ਵੱਡਾ ਗੋਦਾਮ ਕਿੱਥੇ ਮਿਲਿਆ ਹੈ ਵੱਡਾ ਗੋਦਾਮ ਇੱਕ ਅਨਾਜ ਘਰ ਮਿਲਿਆ ਹੈ ਇਸ ਦੀ ਖੋਜ ਦੇ ਦੌਰਾਨ ਹੜੱppa ਦੇ ਵਿੱਚ ਪ੍ਰਸ਼ਨ ਨੰਬਰ 17 ਖੁਦਾਈ ਦੌਰਾਨ ਲੋਥਲ ਗੁਜਰਾਤ ਵਿੱਚ ਕੀ ਮਿਲਿਆ ਹੈ ਲੋਥਲ ਜੋ ਕਿ ਸਥਾਨ ਗੁਜਰਾਤ ਦੇ ਵਿੱਚ ਸਥਾਪਿਤ ਹੈ ਸਥਿਤ ਹੈ ਉੱਥੇ ਇੱਕ ਬਹੁਤ ਵੱਡੀ ਬੰਦਰਗਾ ਮਿਲੀ ਹੈ ਪ੍ਰਸ਼ਨ ਨੰਬਰ 18 ਸਿੱਧ ਘਾਟੀ ਦੇ ਲੋਕਾਂ ਦਾ ਪੂਜਨਯੋਗ ਪਸ਼ੂ ਕਿਹੜਾ ਸੀ ਉੱਤਰ ਹੈ ਜੀ ਕੂਬਾ ਬੈਲ ਪ੍ਰਸ਼ਨ ਨੰਬਰ 19 ਸਿੱਧ ਘਾਟੀ ਦੇ ਲੋਕ ਕਿਹੜੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਉੱਤਰ ਹੈ ਜੀ ਪਸ਼ੂਪਤੀ ਸ਼ਿਵ ਅਤੇ ਮਾਤਾ ਦੇਵੀ ਦੀ ਸਿੱਧੂ ਘਾਟੀ ਦੀ ਖੋਜ ਦੇ ਦੌਰਾਨ ਕੁਝ ਮੂਰਤੀਆਂ ਮਿਲੀਆਂ ਹਨ ਜਿਦੇ ਵਿੱਚ ਇੱਕ ਯੋਗੀ ਪੂਜਾ ਕਰਦਾ ਹੋਇਆ ਦਿਖਾਇਆ ਗਿਆ ਸੋ ਮੰਨਿਆ ਜਾਂਦਾ ਹੈ ਕਿ ਇਹ शिव ਦਾ ਰੂਪ ਹੈ اور وہ ਪਸ਼ੂਪਤੀ ਸ਼ਿਵ ਦੀ ਪੂਜਾ ਕਰਦੇ ਸੀ ਪ੍ਰਸ਼ਨ ਨੰਬਰ 20 ਹੜੱਪਾ ਵਿੱਚ ਮਿਲੀ ਗੜੀ ਦੀ ਲੰਬਾਈ ਚੌੜਾਈ ਦੱਸੋ ਉੱਤਰ ਹੈ ਜੀ ਹੜੱਪਾ ਦੇ ਵਿੱਚ ਜਿਹੜੀ ਗੜੀ ਮਿਲੀ ਹੈ ਉਸ ਦੀ ਲੰਬਾਈ ਹੈ 410 ਮੀਟਰ ਤੇ ਚੌੜਾਈ ਹੈ 195 ਮੀਟਰ ਸੋ ਇਹ ਸੀ ਸਿੱਧੂ ਘਾਟੀ ਦੀ ਸਭਿਤਾ ਦੇ ਨਾਲ ਜੁੜੇ ਹੋਏ ਮਹੱਤਵਪੂਰਨ ਪ੍ਰਸ਼ਨ ਸਿੱਧੂ ਘਾਟੀ ਦੇ ਲੋਕਾਂ ਦੇ ਸਮਾਜਿਕ ਧਾਰਮਿਕ ਤੇ ਆਰਥਿਕ ਜੀਵਨ ਦੇ ਨਾਲ ਸੰਬੰਧਿਤ ਹੋਰ ਮਹੱਤਵਪੂਰਨ ਪ੍ਰਸ਼ਨ ਇਸ ਦੇ ਪਾਰਟ 2 ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਉਮੀਦ ਹੈ ਕਿ ਇਹ ਜਿਹੜੀ ਵੀਡੀਓ ਹੈ ਪਸੰਦ ਆਏਗੀ ਪਸੰਦ ਆਇਆ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਡੇ ਜਿਹੜਾ YouTube ਚੈਨਲ ਹੈ ਇਸ ਨੂੰ ਸਬਸਕ੍ਰਾਈਬ ਕਰੋ ਔਰ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਥੈਂਕ ਯੂ ਜੀ